ये सरकारां दे वास्ते जिहड़े एडे एडे गैंगस्टर ने जिन्हां ने इन्ना काम किया उन्होंने अंदर मुलाकातां होंदियां पईआं ने ते जिहड़े साडे वर्गे गरीब बंदे ने जिहड़े रोटी दा मसां ही बाप दा गुजारा ही करने आ ते उन्हां जा के ना 2500 किलोमीटर ते छड़ता है ते उह दा ना बहुत माड़ा कीता ते जे दूजा इन्हां उन्हां लई जेल कोई नहीं हैगी उहने जेल इत्थे कोई ना कोई उहनां नूं इत्थे छड़ दिंदे जरूर ही दूर जाणा सी जिन्हें एडे एडे गुनाह कीते ने उहनां नूं जवाइयां तां रख्या आ ने ते जिन्हां कोई गुनाह नहीं कीता उन्हां वेखो कित्थे छड़ दित्ता ने। बापू जी जदों प्रधानमंत्री बाजेकी की गिरफ्तारी होंदी आ कित्थे सी उह किस टाइम ते होंदी आ? ਉਹ ਮੈਂ ਤਾਂ ਜੀ ਬਾਬੇ ਜੀ ਨਾਲ ਗਿਆ ਆ ਸਾਂ ਲੰਮਾ ਤੁਹਾਨੂੰ ਦੱਸ ਦਿੰਦਾ ਬਾਬੇ ਜੀ ਨਾਲ ਗਿਆ ਆ ਤੇ ਮੈਨੂੰ ਤਾਂ ਫੋਨ ਪਿੱਛੋਂ ਗਿਆ ਘਰ ਦੀ ਨੇ ਆਖਿਆ ਵੀ ਆਪਣਾ ਪ੍ਰਧਾਨ ਮੰਤਰੀ ਨੂੰ ਪੁਲਿਸ ਚੱਕ ਕੇ ਲੈ ਗਈ ਅਤੇ ਉਦੋਂ ਜਦੋਂ ਇੱਕੇ ਵਾਰੀ ਪੁਲਿਸ ਚੱਕ ਕੇ ਆ ਸੀ ਉਦੋਂ ਬੰਦਾ ਅੱਧਾ ਦਮ ਜੀ ਗਿਰ ਜਾਂਦਾ ਅਤੇ ਮੈਂ ਜਦੋਂ ਆਇਆ ਮੈਂ ਬਾਬੇ ਜੀ ਨੂੰ ਉੱਥੋਂ ਹੀ ਨਾਲ ਲਈ ਆ ਅਤੇ ਮੈਨੂੰ ਪਤਾ ਲੱਗਾ 12:30 ਵਜੇ ਉੱਥੇ ਚੱਕਿਆ ਨਾ ਘੇਰਾ ਪਾ ਕੇ ਪਿੰਡੋਂ ਦੋ ਇੱਕ ਗੱਡੀ ਇੱਧਰ ਨੂੰ ਆ ਗਈ ਆਪਣੇ ਘਰ ਨੂੰ ਅਤੇ ਦੋ ਗੱਡੀਆਂ ਉੱਧਰ ਚਲੀਆਂ ਗਈਆਂ ਨੇ ਹਾਂਜੀ ਅਤੇ ਜਾ ਕੇ ਗੱਡੀਆਂ ਇਹਨਾਂ ਦੀਆਂ ਉਰਾਂ ਮਤਲਬ ਖਲੋ ਗਈਆਂ ਮੀਂਹ ਉਦਣ ਪਿਆ ਆ ਸੀ ਇਹ ਚਾਂ ਚੱਕੇ ਬੈਠੇ ਇੱਥੇ ਮੁੰਡੇ ਦੋ ਹੈਗੇ ਨਾਲ ਮੇਰੇ ਭਤੀਜੇ ਨੇ ਉਹ ਵੀ ਨਾਲ ਹੀ ਸੀ ਉੱਥੇ ਦੂਜਾ ਪੱਠੇ ਵੜਦੇ ਸੀ ਅਤੇ ਇੱਕੇ ਵਾਰ ਜਦੋਂ ਉੱਠੇ ਨੇ ਨਾ ਹਾਂ ਤਾਂ ਪੁਲਿਸ ਪੈ ਗਈ ਚਾਰ ਚਪੇਰੇ ਪੁਲਿਸ ਨੇ ਘੇਰਾ ਪਾ ਲਿਆ ਦੋ ਤਿੰਨ ਗੱਡੀਆਂ ਪਰਲੇ ਤੋਂ ਢੋਲੇ ਵਾਲੇ ਉਹਨੂੰ ਲੈ ਵੀ ਲੈ ਗਈਆਂ ਜਿਵੇਂ ਬੜਾ ਵੱਡਾ ਗੈਂਗਸਟਰ ਸੀ ਫੜਨਾ ਸੀ ਬਈ ਇਹ ਬੜਾ ਅੱਤਵਾਦੀ ਏ ਅਤੇ 100 ਬੰਦਾ ਫੜਨੀ ਇਹਨੂੰ ਆ ਗਿਆ ਦੱਸੋ ਮੈਨੂੰ ਇਹ ਕਿਹੜਾ ਇੱਦਾਂ ਸੀ ਇਹਨੂੰ ਇਕੱਲੇ ਨੂੰ ਆ ਜਾਂਦੇ ਤਾਂ ਇੱਥੋਂ ਬਾਹੋਂ ਫੜ ਕੇ ਅਤੇ ਲੈ ਜਾਂਦੇ। ਬਾਪੂ ਜੀ ਕੋਈ ਪਹਿਲਾਂ ਵੀ ਕੋਈ ਪਰਚਾ ਦਰਜ ਸੀਗਾ ਇਹਦੇ 'ਤੇ ਜਿਹੜਾ ਏਡਾ ਵੱਡਾ ਜਿਹੜਾ ਧਾਰਾ ਲਾਈ ਗਈ ਹੈ ਕੋਈ ਕ੍ਰਿਮੀਨਲ ਬੰਦਾ ਸੀਗਾ ਇਹ? ਪਰਚਿਆਂ 'ਤੇ ਕੋਈ ਦਰਜ ਨਹੀਂ ਉਹ ਵੀ ਇਸ ਤਰ੍ਹਾਂ ਮੀਡੀਆ ਵਾਲੇ ਆਏ ਬਣਾ ਲਏ ਉਹਨਾਂ ਮੀਡੀਆ ਵਾਲੇ ਨਾਲ ਇੱਥੇ ਆਏ ਨੇ ਆਦੇ ਅਸੀਂ ਤੇਰੀ ਇੰਟਰਵਿਊ ਲੈਣੀ ਹੈ ਅਤੇ ਇਹ ਭੋਲਾ ਹੈਗਾ ਇਹਨੇ ਹਜੇ ਇੰਟਰਵਿਊ ਲੈਣੀ ਇਹ ਆਪਦਿਆਂ ਨੂੰ ਮਰਦਾ ਸੀ ਚੱਲ ਮੇਰੀ ਵੀ ਕਿਤੇ ਆਵਾਜ਼ ਤਾਂ ਚਲੀ ਜਾਏਗੀ ਵੀ ਅਗਲਾ ਮਰਦਾ ਹੀ ਹੈ ਵੀ ਮੇਰੀ ਤਾਂ ਆਵਾਜ਼ ਫੋਟੋ ਚਲੀ ਜਾਏਗੀ ਕਈ ਤਾਂ ਫੋਟੋ ਮੇਰੇ ਵਰਗੇ ਫੋਟੋ ਨਹੀਂ ਕਰਦੇ ਨਹੀਂ ਤਾਂ ਮੇਰੀ ਫੋਟੋ ਟੈਲੀਵਿਜ਼ਨ 'ਚ ਆ ਜੇ ਬਸ ਇੰਨਾ ਹੀ ਕਰਦੇ ਅਤੇ ਉਹ ਇੱਥੇ ਆਇਆ ਅਤੇ ਪਿੱਛੇ ਉਹਦੀ ਪੁਲਿਸ ਆ ਗਈ ਹੈ ਵੀ ਉਹਦੀ ਪੁਲਿਸ ਇੱਥੇ ਆ ਗਈ ਉਹ ਇੱਥੇ ਆ ਗਏ ਅਤੇ ਉੱਥੋਂ ਪੁਲਿਸ ਆ ਗਈ ਭੱਜਣ ਜੋਗਾ ਨਹੀਂ ਸੀ ਅਤੇ ਉਹ ਲੈ ਗਏ ਅਤੇ ਜਾ ਕੇ ਉਹ ਆਉਂਦੇ ਨੇ ਅਸੀਂ ਇੱਥੋਂ ਫੜਿਆ ਅੰਮ੍ਰਿਤਪਾਲ ਨਾਲ ਜੁੜ ਕੇ ਲੱਗਦਾ ਨਹੀਂ ਗੁਨਾਹ ਕਰ ਲਿਆ ਕਿ ਇੱਕ ਇੰਨਾ ਵੱਡਾ ਜਿਹੜਾ ਕਾਸ਼ਟਾ ਪਰਿਵਾਰ ਨੂੰ ਝੱਲਣਾ ਪੈ ਗਿਆ ਜੀ? ਗੁਨਾਹ ਤਾਂ ਬਈਏ ਕੀਤਾ ਜੇ ਨਾ ਅੰਮ੍ਰਿਤਪਾਲ ਨਾਲ ਜੁੜ ਕੇ ਨਹੀਂ ਨਾ ਉਹਦੇ ਨਾਲ ਜੁੜੇ ਅਸੀਂ ਐਵੇਂ ਝੂਠ ਨਹੀਂ ਮਾਰਦੇ ਜੁੜੇ ਨਹੀਂ ਗਏ ਅਸੀਂ ਤਾਂ ਇੱਕ ਹੁੰਦੀਆਂ ਨਾ ਸਪੀਚ ਸੁਣ ਕੇ ਅੰਮ੍ਰਿਤ ਜ਼ਰੂਰ ਇਹਨੇ ਛਕਿਆ ਵੀ ਉਹਨੇ ਹਾਂ ਅੰਮ੍ਰਿਤ ਛਕੋ ਪੱਗਾਂ ਲਹਿੰਦੀਆਂ ਜਾਂਦੀਆਂ ਪੱਗਾਂ ਪਰ ਸਿਰਾਂ 'ਤੇ ਰੱਖੀਏ। ਵੀਰ ਜੀ ਹੁਣ ਸਾਨੂੰ ਤਾਂ ਇੰਨੇ ਗੁਨਾਹ ਦਾ ਪਤਾ ਹੀ ਨਹੀਂ ਜੀ ਹੁਣ ਉਹ ਤਾਂ ਗੌਰਮੈਂਟ ਨੂੰ ਪਤਾ ਵੀ ਕਿਹੜਾ ਗੁਨਾਹ ਕੀਤਾ ਅਸੀਂ ਤੁਹਾਨੂੰ ਇਹੋ ਨੇ ਵੀ ਅੰਮ੍ਰਿਤ ਛਕਿਆ ਤਾਂ ਖਰੇ ਅੰਮ੍ਰਿਤ ਛਕੇ ਦਾ ਹੀ ਕੋਈ ਗੁਨਾਹ ਵੀ ਹੋ ਗਿਆ ਉਹਨਾਂ ਨੂੰ ਵੀ ਇਹ ਸਮਝਦੇ ਨੇ ਵੀ ਅਤੇ ਹੋਰ ਅਸੀਂ ਤਾਂ ਨਹੀਂ ਸਮਝਦੇ ਵੀ ਕੋਈ ਇਹਨੇ ਗੁਨਾਹ ਕੀਤਾ ਆ ਵੀ ਅਸੀਂ ਨਹੀਂ ਆਉਂਦੇ ਸਾਡੇ ਬੱਚੇ ਨੂੰ ਵੀ ਐਡੀ ਦੂਰ ਸੜਦੇ ਵੀ ਸਾਡਾ ਬੱਚਾ ਹੀ ਇਹਨੇ ਵਾਪਸ ਲਿਆਓ ਚੱਲ ਜੇ ਕੋਈ ਗਲਤੀ ਹੋ ਗਈ ਉਹਦੇ ਕੋਲੋਂ ਤਾਂ ਉਹਨੂੰ ਉਹਦੀ ਮਾਫੀ ਦਿਓ ਤਾਂ ਉਹਨੂੰ ਵਾਪਸ ਲਿਆਓ ਇੱਥੇ ਵੀ ਅਤੇ ਲਿਆ ਕੇ ਤਾਂ ਉਹਨੂੰ ਆਖਦਾ ਵੀ ਇੱਥੋਂ ਜੇਲ੍ਹ ਜਿਹੜੀ 'ਚ ਮਰਜ਼ੀ ਕੋਈ ਰੱਖ ਲਓ ਜਿਹੜੀ ਕੋਈ ਮਾੜਾ ਮੋਟਾ ਉਹਦਾ ਵੀ ਹੈ ਆ ਉਹ ਤਾਂ ਕੇਸ ਮਾੜਾ ਮੋਟਾ ਜਿਹੜਾ ਕੋਈ ਪਾਉਣਾ ਉਹ ਪਾ ਕੇ ਉਹਨੂੰ ਇੱਥੇ ਰੱਖ ਲਓ। ਮਤਲਬ ਘਰ 'ਚ ਕੌਣ ਕਮਾਈ ਕਮਾਈ ਕਰਨ ਵਾਲਾ? ਕੌਣ ਕਮਾਈ ਕਰਨ ਵਾਲਾ? ਤਾਂ ਉਹ ਸੀ ਜਾਂ ਉਹਦਾ ਡੈਡੀ ਆ ਵੀ ਹਾਂ ਉਹਤੋਂ ਦਾ ਡੈਡੀ ਦਾ। 5 ਦਿਨ ਹੋ ਗਏ ਕਿਸ ਤਰ੍ਹਾਂ ਪਰਿਵਾਰ ਦੇ? ਪਰਿਵਾਰ ਦਾ ਮੰਦਾ ਹਾਲ ਵੀਰੇ ਮੰਦਾ ਹਾਲ ਪਰਿਵਾਰ ਦਾ ਤਾਂ ਵੀ ਤੁਹਾਨੂੰ ਦਿਸਦਾ ਹੀ ਪਿਆ ਵੀ ਉਹਨੂੰ ਮੈਂ ਪਰਿਵਾਰ ਦਾ ਤਾਂ ਮੰਦਾ ਹਾਲ ਅਸੀਂ ਤਾਂ ਇਹੋ ਆਉਂਦੇ ਵੀ ਉਹਨੂੰ ਨੇੜੇ ਲਿਆਉਂਦਾ ਜਾਂ ਸਾਥੋਂ ਦੂਰ ਐਡੀ ਨਹੀਂ ਪਹੁੰਚਿਆ ਜਾਣਾਗਾ ਵੀ ਅਤੇ ਨਾ ਸਾਡੇ ਕੋਲ ਇੰਨੀ ਗੁਜਾਇਸ਼ ਹੀ ਹੈਗੀ ਆ ਸਾਡੇ ਕੋਲ ਤਾਂ ਕਹਿੰਦੇ ਨੇ ਕਿਸੇ ਟਾਈਮ ਤਾਂ ਸਬਜ਼ੀ ਬਣਾਉਣ ਜੋਗੇ ਪੈਸੇ ਨਹੀਂ ਹੈਗੇ ਸਬਜ਼ੀ ਲੈਣ ਜੋਗੇ ਵੀ ਜੇ ਅਸੀਂ ਐਡੇ ਹੁੰਦੇ ਤਾਂ ਅਸੀਂ ਆਪ ਬੂਹੇ ਆ ਕੇ ਤੱਕ ਗਏ ਤਾਂ ਲੀੜੇ ਤਾਣ ਕੇ ਤੁਰੇ ਫਿਰਦੇ ਵੀ ਮਤਲਬ ਆਪ ਪੇਜ ਸ਼ੁਰੂ ਕਰਕੇ ਆਪਦਾ ਪਰਿਵਾਰ ਪਾਲਣਾ ਚਾਹੁੰਦੇ? ਹਾਂਜੀ ਹਾਂਜੀ ਆਪਦੇ ਬੋਲਦੇ ਲਹਿਜੇ ਦੇ ਤੌਰ ਤੇ ਇੱਥੋਂ ਤੱਕ ਪਹੁੰਚਿਆ ਸੀ ਲੱਗਦਾ ਨਹੀਂ ਕਿ ਅੰਮ੍ਰਿਤ ਛਕਣ ਤੋਂ ਬਾਅਦ ਜਿਹੜਾ ਇਹ ਵਿਵਾਦਾਂ 'ਚ ਆਉਣਾ ਸ਼ੁਰੂ ਹੋ ਗਿਆ ਸੀਗਾ ਅਤੇ ਅੰਮ੍ਰਿਤਪਾਲ ਕਰ ਅਸੀਂ ਤਾਂ ਹੁਣ ਇਹ ਜਦੋਂ ਉਹਨਾਂ ਨੇ ਸਾਡੇ 'ਤੇ ਲਾਜ ਦਿੱਤਾ ਆ ਵੀ ਸਾਡੇ ਤੋਂ ਉਹਨਾਂ ਲਾਜ ਦਿੱਤਾ ਇਹ ਵੀ ਇਹ ਅੰਮ੍ਰਿਤਪਾਲ ਕੋਲ ਜਾਂਦਾ ਵੀ ਪਰ ਅਸੀਂ ਆਨੇ ਅਸੀਂ ਸਹੁੰ ਦੇਣ ਨੂੰ ਤਿਆਰ ਆ ਜਿੱਥੇ ਮਰਜ਼ੀ ਸਾਨੂੰ ਲਿਜਾ ਕੇ ਗੁਰਦੁਆਰੇ ਵਾਲ ਲਓ ਵੀ ਜੇ ਅੰਮ੍ਰਿਤਪਾਲ ਕੋਲ ਕਿਤੇ ਵੀ ਗਿਆ ਵੀ ਇੱਕ ਵਾਰੀ ਠੀਕ ਗਿਆ ਅੰਮ੍ਰਿਤ ਛਕਣ ਗਿਆ ਜਾਂ ਵੀਰ 'ਚ ਗਿਆ ਵੀ ਵੀਰ 'ਚ ਵੀ ਇੱਕ ਦਿਨ ਗਿਆ ਦੋ ਦਿਨ ਗਿਆ ਬਸ ਉਦੋਂ ਮੁੜ ਆਇਆ ਵੀ ਪਾਉ ਕੇ ਲੱਗਦਾ ਨਹੀਂ ਕਿ ਜਿਹੜੇ ਮੰਤਰੀਆਂ ਦੀਆਂ ਵੀਡੀਓ ਪਾਉਣੀਆਂ ਥਾਪੀਆਂ ਮਾਰ ਕੇ ਪਾਉਣੀਆਂ ਉਹ ਭਾਰੂ ਪੈ ਗਈਆਂ ਪ੍ਰਧਾਨ ਮੰਤਰੀ ਨੂੰ? ਹਾਂਜੀ ਹੋ ਸਕਦਾ ਮੰਨਦੇ ਹਾਂ ਵੀ ਮੰਨਦੇ ਹਾਂ ਵੀ ਹੋ ਸਕਦਾ ਵੀ ਪਰ ਅਸੀਂ ਤਾਂ ਵੇਖਣਾ ਹੀ ਨਹੀਂ ਸੰਤ ਹੁਣ ਤੁਸੀਂ ਤੁਹਾਡੇ ਵਰਗੇ ਭੈਣ ਭਰਾ ਦੱਸਦੇ ਨੇ ਅਸੀਂ ਨਹੀਂ ਵੇਖੀਆਂ ਉਹ ਵੀ ਆ ਕਿਵੇਂ ਵੀ ਹੋਇਆ ਕਿਵੇਂ ਨਹੀਂ ਵੀ ਪਰ ਰਵਨੀਤ ਬਿੱਟੂ ਨੇ ਵੀ ਕਿਹਾ ਮੇਰਾ ਛੋਟਾ ਭਰਾ ਗਲਤੀ ਕਰ ਲਈ ਤਾਂ ਮੈਂ ਉਹਨੇ ਕਿਹਾ ਅੱਜ ਤਾਂ ਨੇ ਫਿਰ ਵੀ ਚਲੋ ਉਹਦਾ ਧੰਨਵਾਦ ਆ ਅਸੀਂ ਫਿਰ ਵੀ ਆਨੇ ਚਲੋ ਉਹਦਾ ਧੰਨਵਾਦ ਆ ਜਿਹੜਾ ਉਹਨੇ ਆਖਿਆ ਹੈ ਤੇ ਚਲ ਭਾਵੇਂ ਉਹਦੇ ਢਿੱਡ 'ਚ ਕੁਛ ਵੀ ਹੋਵੇ ਪਰ ਅਸੀਂ ਆਨੇ ਉਹਦਾ ਧੰਨਵਾਦ ਆ ਅਸੀਂ ਉਹਦਾ ਫਿਰ ਵੀ ਦੇਣ ਗਵਾ ਨਹੀਂ ਸਕਦੇ ਦੇਣ ਉਹਦਾ ਵੀ
ਅਸੀਂ ਤੇ ਇਹੋ ਮੰਗ ਕਰਦੇ ਹਾਂ ਵੀ ਉਹਨੂੰ ਵਾਪਸ ਇੱਥੇ ਲਿਆਂਦਾ ਜਾਵੇ, ਉਹਨੂੰ ਅਸੀਂ ਆਪਦਾ ਉਹਦਾ ਲੀੜਾ ਕੱਪੜਾ ਦੇਈਏ, ਉਹਨੂੰ ਮਿਲ ਕੇ ਆਈਏ, ਉਹਦੇ ਬੱਚੇ ਨੂੰ ਮਿਲਾਈਏ, ਅਤੇ ਅਸੀਂ ਉਹਨੂੰ ਇੱਕ ਦੋ ਵਾਰੀ ਮਿਲ ਕੇ ਆਈਏ ਵੀ ਪਤਾ ਲੱਗੇ, ਸਾਨੂੰ ਪਤਾ ਲੱਗੇ ਵੀ ਕੀ ਸਾਡੇ ਬੱਚੇ ਦੇ ਇੱਧਰ ਉਹਨਾਂ ਨੇ ਕੀ ਕੀਤਾ ਅਤੇ ਕੀ ਪਾਉਣਾ ਉਹਨਾਂ ਨੇ। ਉਹਨਾਂ ਦਾ ਗਨਾਹ ਘਲੇ ਗਈ ਨਹੀਂ ਸੀ, ਅਤੇ ਕਹਿੰਦਾ ਸਰਕਾਰ ਅੱਗੇ ਹੈ ਬੇਨਤੀ ਵੀ ਇੱਥੇ ਲਾਗੇ ਲਿਆਂਦਾ ਜਾਵੇ ਉਹਨੂੰ, ਵੀ ਅਸੀਂ ਕੱਪੜਾ ਲੀੜਾ ਉਹਨੂੰ ਦੇ ਕੇ ਆਈਏ, ਵੀ ਉਹਦੇ ਵੀ ਇਸ ਘਰ ਨਿਸ਼ਾਨ ਨਹੀਂ ਕਰਨਾ ਹੁੰਦਾ। ਸਰਕਾਰ ਨੇ ਸਾਡੇ ਨਾਲ ਧੱਕਾ ਬੜਾ ਜ਼ਿਆਦਾ ਕੀਤਾ, ਉਹ ਵੀ ਮਾੜਾ ਮੋਟਾ ਚਲ ਵੀਡੀਓ ਬਣਾ ਲੈਂਦਾ ਸੀ ਵੀ ਚੱਲ ਪੈਸਾ ਧੇਲਾ ਮਾੜਾ ਮੋਟਾ ਆਈ ਜਾਂਦਾ ਸੀ, ਵੀ ਇਹ ਸਾਰੀ ਦੁਨੀਆ ਹੀ ਬਣਾਉਂਦੀ ਆ ਵੀ ਉਹਨੇ ਕਿਹੜਾ ਚਾਰਜ ਬਣਾ ਲਏ। ਪਾਪਾ ਨੂੰ 5 ਦਿਨ ਹੋ ਗਏ, ਪਾਪਾ ਮੈਂ ਆਪਦਾ ਪੇਚ ਚਲਾ ਕੇ ਰੋਜੀ ਰੋਟੀ ਬਣਾਉਂਦੇ ਸੀ, ਹੁਣ ਤੇ ਪਾਪਾ ਜੇਲ੍ਹ 'ਚ ਗਏ ਚਲੇ, ਹੁਣ ਘਰ ਦਾ ਜਮਾ ਵੀ ਨਹੀਂ ਸਰਦਾ ਗਾ, ਅਤੇ 5 ਦਿਨ ਨਾਲੇ ਹੋ ਗਏ। ਨਾਲੇ ਜਿਹੜੇ ਇੱਥੇ ਕ੍ਰਿਮੀਨਲ ਨੂੰ ਜੇਲ੍ਹਾਂ 'ਚ ਤਾੜਿਆ ਪੰਜਾਬ 'ਚ, ਕਿੰਨੀਆਂ ਜੇਲ੍ਹਾਂ ਇੱਥੇ ਨਹੀਂ ਰੱਖ ਸਕੇ ਅਤੇ ਆਸਾਮ 'ਚ ਇੰਨੀ ਦੂਰ ਲੈ ਗਏ ਆ, ਜੇ ਕੋਲ ਹੁੰਦੇ ਕੱਪੜਾ ਲੀੜਾ ਦੇ ਤੇ ਆਉਂਦੇ ਤਾਂ ਇੰਨੀ ਦੂਰ ਲੈ ਕੇ ਮਿਲਣ ਵੀ ਜਾ ਸਕਦੇ ਸੀਗੇ, ਨਾਲੇ ਇੰਨੀ ਦੂਰ ਹੁਣ ਲੈ ਗਏ ਆ। ਕੀ ਅਪੀਲ ਕਰੋਗੇ ਸਰਕਾਰ ਨੂੰ? ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਇਹ ਜਲਦ ਤੋਂ ਜਲਦ ਇੱਥੇ ਪੰਜਾਬ 'ਚ ਲੈ ਕੇ ਲਿਆਂਦਾ ਜਾਵੇ ਅਤੇ ਇੰਨੀ ਦੂਰ ਵਾਲੀ ਜੇਲ੍ਹ 'ਚ ਨਾ ਰੱਖਣ।